ਅੱਜ ਦੀ ਮੀਟਿੰਗ ਅਸੀਂ ਤਰਕਸ਼ੀਲ ਭਵਨ ਬਰਨਾਲਾ ਦੇ ਵਿੱਚ ਤਬਕਿਆਂ ਦੀਆਂ ਮੀਟਿੰਗ ਰੱਖੀ ਹੈ, ਜਿਹਦੇ ਵਿੱਚ ਲਗਭਗ 2 ਦਰਜਨ ਜਥੇਬੰਦੀਆਂ ਸ਼ਾਮਿਲ ਹੋਈਆਂ ਨੇ, ਜਿਹਦੇ ਵਿੱਚ ਸਾਬਕਾ ਸੈਨਿਕ ਨੇ, ਅਧਿਆਪਕ ਨੇ, ਬਿਜਲੀ ਕਾਮੇ ਨੇ, ਠੇਕਾ ਮੁਲਾਜ਼ਮ ਨੇ, ਸੰਤੀ ਮਜ਼ਦੂਰ ਨੇ, ਖੇਤ ਮਜ਼ਦੂਰ ਨੇ, ਮਿਲਕ ਪਲਾਂਟ ਵਾਲੇ ਕਾਮੇ ਨੇ, ਯਾਨੀ ਅੱਡ ਅੱਡ ਕਿਸਮ ਦੀਆਂ ਜਥੇਬੰਦੀਆਂ ਜਿਹੜੀਆਂ ਨੇ। ਲਗਭਗ ਅਸੀਂ ਪਹਿਲਾਂ 2 ਐਕਸ਼ਨ ਬਰਨਾਲੇ 'ਚ ਕਰ ਚੁੱਕੇ ਹਾਂ, ਉਹ ਸਾਰੀਆਂ ਜਥੇਬੰਦੀਆਂ ਲਗਭਗ 2 ਦਰਜਨ ਦੇ ਨੇੜੇ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਹੋਈਆਂ ਨੇ। ਅਸੀਂ ਅੱਜ ਉੱਥੇ ਵਿਚਾਰੀ ਹੈਗੇ 15 ਅਗਸਤ ਵਾਲੇ ਦਿਨ ਸਾਡੇ ਦੇਸ਼ ਦੇ ਹਾਕਮ ਜਿਹੜਾ ਢੌਂਗ ਕਰ ਰਹੇ ਨੇ ਆਜ਼ਾਦੀ ਦਿਵਸ ਮਨਾਉਣ ਦਾ, ਉਸ ਮੌਕੇ ਅਸੀਂ ਇਹ ਗੱਲ ਲੈ ਕੇ ਜਾਣਾ ਚਾਹੁੰਦੇ ਹਾਂ ਵੀ ਉਹਦੇ ਪਿਛਲੇ ਦਿਨਾਂ ਵਿੱਚ 3 ਅਪਰਾਧਿਕ ਕਾਨੂੰਨ ਜਿਹੜੇ ਲਿਆਂਦੇ ਨੇ, ਜਿਹੜੇ ਇਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਕਚੂਮਰ ਕੱਢਣ ਜਾ ਰਹੇ ਨੇ, ਜਿਹੜੇ ਉਹਦੇ ਵਿਰੋਧ 'ਚ ਉੱਠੀ ਮੂਵਮੈਂਟ ਨੂੰ ਦਬਾਉਣ ਦੀ ਖਾਤਰ, ਉਹਨਾਂ ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਖਾਤਰ ਪੁਲਿਸ ਨੂੰ ਦਿੱਤੇ ਹੋਏ ਅਧਿਕਾਰ ਨੇ ਜਿਹੜੇ ਕਾਨੂੰਨਾਂ ਤਹਿਤ, ਅਸੀਂ ਇਹ ਸਮਝਦੇ ਹਾਂ ਵੀ ਉਹ ਸਾਡੇ ਅਧਿਕਾਰ ਖੋਹ ਕੇ ਇੱਥੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਰਾਹ ਖੋਲ੍ਹਿਆ ਜਾ ਰਿਹਾ, ਨਵਾਂ ਰਾਹ ਕੱਢਿਆ ਜਾ ਰਿਹਾ, ਆਪਦੀ ਲੁੱਟ ਖਸੁੱਟ ਨੂੰ ਜਾਰੀ ਰੱਖਿਆ ਜਾ ਰਿਹਾ, ਅਤੇ ਅੰਦੋਲਨ ਕਰ ਰਹੇ ਲੋਕਾਂ ਨੂੰ ਅੰਦਰ ਬੰਦ ਕਰਕੇ, ਜਿਵੇਂ ਰੂਤੇ ਰਾਏ ਅਤੇ ਸ਼ੌਕਤ ਹੁਸੈਨ ਵਰਗੇ ਲੋਕਾਂ ਦੇ UAP ਵਰਗੇ ਪਰਚੇ ਖੋਲ੍ਹੇ ਜਾ ਰਹੇ ਨੇ, ਅਤੇ ਉਹਨਾਂ ਨੂੰ ਅੰਦਰ ਬੰਦ ਕਰਨ ਦੀ ਪਲੈਨ ਬਣਾਈ ਜਾ ਰਹੀ ਹੈ, ਸਕਰ ਬੁੱਧੀਜੀਵੀ ਨੇ ਬੰਦ ਕੀਤੇ ਹੈ, ਉਸ ਤਰ੍ਹਾਂ ਦੀ ਇਹ ਜਿਹੜੀ ਖੇਡ ਹੈ ਹਕੂਮਤਾਂ ਦੀ, ਉਹਨੂੰ ਪਛਾਣਦੇ ਹੋਏ ਅਸੀਂ 15 ਅਗਸਤ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ 'ਤੇ ਉਸ ਪ੍ਰਦਰਸ਼ਨ ਕਰ ਰਹੇ। 15 ਅਗਸਤ ਕਿਉਂਕਿ 15 ਅਗਸਤ ਹੀ ਇੱਕ ਢੁਕਵਾਂ ਦੇਣਾ ਇਹ ਉਦੋਂ, ਕਿਉਂਕਿ 15 ਅਗਸਤ ਤੋਂ ਪਹਿਲਾਂ ਇਹ ਜਦੋਂ ਇਹ ਕਾਨੂੰਨ ਲਿਆਉਂਦੇ ਨੇ ਉਹਦਾ ਕਹਿਣਗੇ ਵੀ ਇੱਥੇ ਲੋਕ ਆਜ਼ਾਦ ਨੇ, ਲੋਕਤੰਤਰ ਆ, ਇਹ ਬੜੀ ਆਜ਼ਾਦੀ ਆ ਗਈ, ਆਜ਼ਾਦ ਦੇਸ਼ ਦਾ ਆਜ਼ਾਦ ਹੈ ਜੀ, ਆਜ਼ਾਦ ਕਾਹਦਾ ਇਹ ਦੇਸ਼, ਇਹਨਾਂ ਦੇ ਕੋਲੇ ਆ ਇਸ ਵੇਲੇ, ਜੇ ਅਸੀਂ ਤਾਂ ਕਹਿੰਦੇ ਹਾਂ ਵੀ ਇਹ ਸਾਮਰਾਜੀ ਮੁਲਕਾਂ ਦਾ ਗੁਲਾਮ ਹੈ, ਉਹਨਾਂ ਦੇ ਕਹੇ ਤੋਂ ਜਿਹੜੀਆਂ ਨੀਤੀਆਂ ਨਵੀਆਂ ਆਰਥਿਕ ਨੀਤੀਆਂ ਦੇ ਵਿਸ਼ੇ ਪਰ ਸੰਤ ਨਾਲ ਸੰਧੀਆਂ ਕੀਤੀਆਂ ਨੇ ਇਹਨਾਂ ਨੇ, ਉਹ ਕੀਤੀਆਂ ਨੇ 152 ਲੱਖ ਕਰੋੜ ਦਾ ਕਰਜ਼ਾ ਇਹਨਾਂ ਸਿਰ ਸੀਗਾ, ਹੁਣ ਮੇਰੇ ਖਿਆਲ ਤੋਂ 55-55 'ਤੇ ਵੀ ਜਾ ਵੜਿਆ, ਇਹ ਤਾਂ ਪਹਿਲਾਂ ਉਹਨਾਂ ਦੇ ਗੁਲਾਮ ਨੇ ਅਤੇ ਉਹਨਾਂ ਤੋਂ ਕਰਜ਼ੇ ਲੈ ਕੇ ਆਪਣੀ ਕਬੀਲਦਾਰੀ ਦੇਸ਼ ਦੀ ਚਲਾਉਂਦੇ ਨੇ ਇਹ, ਅਤੇ ਉਹਨਾਂ ਦੇ ਗੁਲਾਮ ਨੇ, ਉਹਨਾਂ ਦੇ ਤਹਿ ਕਹੇ ਤੋਂ ਜਿਹੜੀਆਂ ਉਹਨਾਂ ਦੇ ਨਵੀਆਂ ਪਾਲਿਸੀਆਂ ਨੇ ਜਦੋਂ ਇੱਥੇ ਲਾਗੂ ਕਰਨਗੇ, ਉਹ ਕਿਰਤੀ ਲੋਕਾਂ ਦਾ ਰੁਜ਼ਗਾਰ ਖੋਲ੍ਹ ਲਿਆ ਉਹਨਾਂ ਦਾ, ਕਿ ਕਿਸਾਨਾਂ ਸਿਰ ਗਲਗਾ ਕਰਜ਼ਾ ਚੜ੍ਹ ਗਿਆ, ਮਜ਼ਦੂਰਾਂ ਕੋਲ ਕੋਈ ਕੰਮ ਨਹੀਂ ਹੈ, ਸੰਤਾਂ ਦੇ ਵਿੱਚੋਂ ਸ਼ਾਂਤੀ ਹੋਈ ਜਾਂਦੀ ਹੈ, ਠੇਕਾ ਮੁਲਾਜ਼ਮਾਂ ਨੂੰ ਸੜਕਾਂ 'ਤੇ ਰੋਲਿਆ ਜਾ ਰਿਹਾ, ਵਿਦਿਆਰਥੀ ਰੋਲਦੇ ਨੇ, ਅਧਿਆਪਕ ਰੋਲਦੇ ਨੇ, ਸੰਤੀ ਕਾਮੇ ਰੋਲਦੇ ਨੇ, ਸਾਰਿਆਂ ਨੂੰ ਰੋਲਿਆ ਜਾ ਰਿਹਾ, ਯਾਨੀ ਕੋਈ ਵਰਗ ਹੈ ਨਹੀਂ ਜਿਹੜਾ ਇਸ ਵਿਸ਼ੇ ਪਰ ਸੰਤਾਂ ਦੀ ਨੀਤੀ ਦੀ ਮਾਰ ਤੋਂ ਹੇਠ ਆਇਆ ਨਹੀਂ, ਅਤੇ ਉਹ ਨੀਤੀਆਂ ਇਹ ਜ਼ੋਰ ਨਾਲ ਲਾਗੂ ਕਰਕੇ ਜਸ਼ਨ ਮਨਾ ਕੇ ਲੋਕਾਂ ਦਾ ਭੁਲੇਖਾ ਖੜਾ ਕਰਨੇ ਚਾਹੁੰਦੇ ਨੇ ਵੀ ਦੇਸ਼ ਆਜ਼ਾਦ ਹੈ, ਆਜ਼ਾਦ ਯੁੱਧ ਨਹੀਂ ਹੈ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਅਧਿਕਾਰ ਸਾਡੇ ਕੋਲ ਪਹਿਲਾਂ ਸੀ ਉਹ ਬਹੁਤ ਸਾਰੇ ਇਹਨਾਂ ਨੇ ਪਹਿਲਾਂ ਕਾਨੂੰਨ ਬਣਾ ਕੇ ਖੋਲ੍ਹੇ, ਅਤੇ ਆਹ ਜਿਹੜੇ ਮਾੜੇ ਮੋਟੇ ਰਹਿੰਦੇ ਨੇ ਇਹ ਇਹਨਾਂ ਨੇ ਕਾਨੂੰਨ ਬਣਾ ਕੇ ਇਹ ਖੋਹ ਕੇ ਇੱਥੇ ਜਬਰ ਦਾ ਕੁਹਾੜਾ ਹੋਰ ਤੇਜ਼ ਕਰਨਾ, ਕਿਉਂਕਿ ਸਾਡੇ ਕੋਲ ਜੋ ਕੁਛ ਬਚਿਆ ਇਹ ਲੁੱਟ ਕੇ ਇਹਨਾਂ ਨੇ ਕਾਰਪੋਰੇਟਾਂ ਦੀ ਜੇਬ 'ਚ ਪਾਉਣਾ। ਕਿਸ ਲੈਵਲ ਦਾ ਉਦੇ ਕੱਟ ਹੋਊਗਾ, ਕਿਸ ਲੈਵਲ ਦੇ ਸਾਰੇ ਇਕੱਠੇ ਹੋਣਗੇ? ਜ਼ਿਲ੍ਹਾ ਹੈੱਡਕੁਆਰਟਰਾਂ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਸ਼ਾਮਿਲ ਨੇ, ਜਿਵੇਂ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਦੇ ਉੱਥੇ ਕੰਮ ਆ, ਉਹ ਸਾਰੇ ਸ਼ਾਮਿਲ ਹੋਣਗੇ ਲੋਕਾਂ ਕੋਲ ਜਾਵਾਂਗੇ, ਅਸੀਂ ਵੀ ਜਾਵਾਂਗੇ, ਸਾਰੇ ਜਾਣ ਸਾਰੀਆਂ ਜਥੇਬੰਦੀਆਂ ਜਾਣਗੀਆਂ, ਅਤੇ ਆਮ ਲੋਕਾਂ ਨੂੰ ਵੀ ਇਕੱਠ ਕਰਾਂਗੇ। ਹਾਂਜੀ, ਕੀ ਨੰਬਰ? ਹਾਂਜੀ, ਸੂਬਾ ਆਗੂ ਬਲਿਹਾਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ। ਦੇਖੋ ਜੀ, ਜਿਹੋ ਜਿਹੇ ਕੇਂਦਰ ਸਰਕਾਰ, ਜਿਹੋ ਕਿਸੇ ਰਾਜ ਸਰਕਾਰ ਹੈ, ਜਿਹੋ ਜਿਹੇ ਉਹ ਕਾਨੂੰਨ ਲੈ ਕੇ ਆ ਰਹੀ ਆ, ਜਿਵੇਂ ਕਿ ਹੁਣ ਨਵੇਂ ਕਾਨੂੰਨ ਲਿਆਉਂਦੇ ਆ ਸਰਕਾਰ ਨੇ, ਕਾਲੇ ਕਾਨੂੰਨ ਲਿਆਉਂਦੇ ਆ, ਇਹਨਾਂ ਦੇ ਖਿਲਾਫ ਇੱਕ ਆਪਣੀ ਜਥੇਬੰਦੀਆਂ ਦੀ ਅੱਜ ਸਾਂਝੀ ਮੀਟਿੰਗ ਹੋਈ ਆ, ਇਸ ਦੇ ਵਿੱਚ ਫੈਸਲਾ ਕੀਤਾ ਵੀ ਅਸੀਂ ਜਿੱਥੇ ਆਪਣਾ ਜ਼ਿਲ੍ਹਾ ਲੈਵਲ 'ਤੇ ਜਿਹੜੇ ਪ੍ਰੋਗਰਾਮ ਆ ਉਹ ਅਸੀਂ ਕਰਾਂਗੇ, ਵੱਡੇ ਇਕੱਠ ਕਰਕੇ ਜਿਹੜੇ ਪ੍ਰੋਗਰਾਮ ਉਹ ਕਰਾਂਗੇ, ਕਿਉਂਕਿ ਸਰਕਾਰਾਂ ਦਾ ਜਿਹੜਾ ਨਿੱਜੀਕਰਨ ਦੀ ਨੀਤੀ ਆ, ਲਗਾਤਾਰ ਨਿੱਜੀਕਰਨ ਦਾ ਕੁਹਾੜਾ ਸਰਕਾਰ ਲਗਾਤਾਰ ਤੇਜ਼ ਕਰ ਰਹੀ ਆ, ਜਿਹੜੇ ਉਹਨਾਂ ਨੇ ਜਸ਼ਨ ਮਨਾਉਣੇ ਨੇ ਵੀ ਸਾਡਾ ਦੇਸ਼ ਆਜ਼ਾਦ ਆ, ਪਰ ਅੱਜ ਅਸੀਂ ਆਜ਼ਾਦ ਕਿੱਥੋਂ ਹਾਂ, ਅਸੀਂ ਤਾਂ ਗੁਲਾਮ ਹਾਂ। ਜੇ ਅੱਜ ਅਸੀਂ ਆਪਦੀ ਖੁਦ ਗੱਲ ਕਰਨੀ ਹੋਵੇ, ਅਸੀਂ ਠੇਕਾ ਮੁਲਾਜ਼ਮਾਂ ਵੱਲੋਂ, ਅਸੀਂ ਵੱਖ ਵੱਖ ਠੇਕੇਦਾਰਾਂ ਕੰਪਨੀਆਂ ਦੇ ਗੁਲਾਮ ਹਾਂ,
ਮਤਲਬ ਅਸੀਂ ਯਾਦ ਨਹੀਂ ਹੈ ਅੱਜ ਜਦੋਂ ਕੋਈ ਲੋਕ ਲੜਦੇ ਆ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜਾਂਦਾ ਹੈ, ਆ ਕਾਲੇ ਕਾਨੂੰਨ ਬਣਾਏ ਗਏ ਆ ਇਹਨਾਂ ਦੇ ਖਿਲਾਫ਼, ਮਤਲਬ ਅਸੀਂ 15 ਅਗਸਤ ਨੂੰ ਵੱਡੇ ਪੱਧਰ 'ਤੇ ਜ਼ਿਲ੍ਹਾ ਲੈਵਲ 'ਤੇ ਇਕੱਠ ਕਰਾਂਗੇ ਅਤੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਨੌਜਵਾਨ ਸਾਰੇ ਇਕੱਠੇ ਹੋ ਕੇ ਮਤਲਬ ਜਿਹੜਾ ਸੰਘਰਸ਼ ਆ ਇਹਨੂੰ ਵੱਢਾਂਗੇ, ਤਿੱਖਾ ਕਰਾਂਗੇ। ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਸ਼ੁਰੂਆਤ ਜਿਹੜੀ ਆ ਇਹ ਹੋਈ ਆ, ਇਹ ਮਤਲਬ ਹਾਕਮ ਸਰਕਾਰਾਂ ਜਿਹੜੀਆਂ ਨੀਤੀਆਂ ਪੋਲਸੀਆਂ ਲਗਾਤਾਰ ਲੈ ਕੇ ਆਉਂਦੀਆਂ ਉਹਨਾਂ ਦੇ ਖਿਲਾਫ਼ ਮਤਲਬ ਆਵਾਜ਼ ਜਿਹੜੀ ਇਹ ਬੁਲੰਦ ਹੋਊਗੀ ਅਤੇ ਲੋਕਾਂ ਦੀ ਸੰਘਰਸ਼ ਜਿਹੜਾ ਵੱਡੇ ਪੱਧਰ 'ਤੇ ਲੜਿਆ ਜਾਵੇਗਾ। ਅੱਜ ਦੀ ਸਾਂਝੀ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ 15 ਅਗਸਤ ਵਾਲੇ ਦਿਨ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਟਰਾਂ ਦੇ ਉੱਤੇ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੱਡੇ ਮੁਜ਼ਾਹਰੇ ਕੀਤੇ ਜਾਣਗੇ, ਰੈਲੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਰਾਹੀਂ ਇਹ ਦਰਸਾਇਆ ਜਾਣਾ ਕਿ ਦੇਸ਼ ਦੇ ਹਾਕਮ ਆ ਜਿਹੜੇ ਉਹ ਇੱਕ ਪਾਸੇ ਆਜ਼ਾਦੀ ਦੇ ਜਸ਼ਨਾਂ ਦੀ ਗੱਲ ਕਰ ਰਹੇ ਆ, ਪਰ ਜਿਹੜੇ ਨਵੇਂ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਕਿ ਬਸਤੀਵਾਦ ਦੀ ਵਿਰਾਸਤ ਨੂੰ ਤਿਆਗਣ ਦੇ ਵਾਸਤੇ ਲਿਆਂਦੇ ਗਏ ਆ, ਅਸਲ ਦੇ ਵਿੱਚ ਉਹ ਸਾਮਰਾਜੀ ਮੁਲਕਾਂ ਦੀ ਵਿਰਾਸਤ ਨੂੰ ਹੋਰ ਲੋਕਾਂ ਦੇ ਉੱਤੇ ਗੂੜੀ ਤਰ੍ਹਾਂ ਨਾਲ ਮੜਨ ਦਾ ਸੰਦ ਆ ਕਿ ਅਤੇ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਆ ਉਹਨਾਂ ਨੂੰ ਕੁਚਲਣ ਦਾ ਸੰਦ ਆ। ਪਹਿਲਾਂ ਹੀ ਦੇਸ਼ ਦੇ ਹਾਕਮਾਂ ਦੇ ਵੱਲੋਂ, ਖਾਸ ਕਰਕੇ ਜਦੋਂ ਤੋਂ ਮੋਦੀ ਸਰਕਾਰ ਸੱਤਾ 'ਚ ਆਈ ਆ, ਨਾ ਸਿਰਫ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਉੱਤੇ ਹੱਲਾ ਵਿੱਢਿਆ, ਜਿਹੜੇ ਵੀ ਰੋਸ਼ਨ ਦਿਮਾਗ ਬੁੱਧੀਜੀਵੀ ਆ ਪੱਤਰਕਾਰ ਆ ਉਹਨਾਂ ਨੂੰ ਵੀ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ। ਅਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਸੰਸਦ ਚੱਲ ਰਹੀ ਸੀ ਪੱਤਰਕਾਰਾਂ ਨੂੰ ਵੀ ਇੱਕ ਪਿੰਜਰੇ ਦੇ ਵਾਂਗੂ ਤਾੜ ਕੇ ਰੱਖ ਦਿੱਤਾ ਗਿਆ ਕਿ ਤੁਸੀਂ ਸਿਰਫ ਇੱਥੋਂ ਹੀ ਕਵਰੇਜ ਕਰ ਸਕਦੇ ਹਾਂ, ਇਦੋਂ ਗਾਂਹ ਕੋਈ ਕਵਰੇਜ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ। ਇਸ ਕਰਕੇ ਸਮੁੱਚੇ ਦੇਸ਼ ਦੇ ਲੋਕਾਂ ਦੀ ਜਵਾਨਬੰਦੀ ਕਰ ਰਹੇ ਆ, ਉਹਦੇ ਖਿਲਾਫ਼ ਸਾਡੇ ਪ੍ਰਦਰਸ਼ਨ ਹੋਣਗੇ। ਅਸੀਂ ਵੱਖ ਵੱਖ ਥਾਵਾਂ ਦੇ ਉੱਤੋਂ ਜਿਹੜੇ ਹੈਗੇ ਆ ਸਾਡੇ ਕਾਫਲੇ ਪਿੰਡਾਂ 'ਚੋਂ ਆਉਣਗੇ, ਕਿਸੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਉਦੋਂ ਬਾਅਦ ਦੇ ਵਿੱਚ ਚਾਹੇ DC ਦਫ਼ਤਰ ਦੇ ਅੱਗੇ ਰੈਲੀ ਕਰਨ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਮੁਜ਼ਾਹਰੇ ਕੀਤੇ ਜਾਣਗੇ ਔਰ ਸਾਡੀਆਂ ਜਿਹੜੀਆਂ ਮੰਗਾਂ ਨੂੰ ਉਭਾਰਦੇ ਹੋਏ ਨਾਅਰੇ ਆ ਕਿ 3 ਫੌਜਦਾਰੀ ਕਾਨੂੰਨਾਂ ਸਮੇਤ UAPA NSA ਅਫਸਵਾ ਵਰਗੇ ਕਾਲੇ ਕਾਨੂੰਨ ਆ ਉਹ ਰੱਦ ਕਰੋ, ਬੁੱਧੀਜੀਵੀਆਂ 'ਤੇ ਪਾਏ ਝੂਠੇ ਕੇਸ ਆ ਜਿਹੜੇ ਉਹ ਰੱਦ ਕਰੋ, ਉਹਨਾਂ ਨੂੰ ਰਿਹਾ ਕਰੋ, ਅਰੁੰਧਤੀ ਰਾਏ ਵਰਗੇ ਅਤੇ ਸ਼ੌਕਤ ਹੁਸੈਨ ਵਰਗੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਕੇਸ ਚਲਾਉਣ ਦੀ ਜਿਹੜੀ ਦਿੱਤੀ ਪ੍ਰਵਾਨਗੀ ਉਹ ਰੱਦ ਕੀਤੀ ਜਾਵੇ। ਜੇਲ੍ਹਾਂ 'ਚ ਬੰਦ ਸਾਰੇ ਜਾਤਾਂ ਧਰਮਾਂ ਨਾਲ ਸੰਬੰਧਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਕੈਦੀ ਆ ਉਹਨਾਂ ਨੇ ਮਨੁੱਖੀ ਹੱਕ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇੱਥੋਂ ਦੇਸ਼ ਦੇ ਹਾਕਮਾਂ ਜਿਹੜੇ ਇਹਨਾਂ ਨੇ ਭਾਰਤੀ ਹਾਕਮਾਂ ਨੇ ਸਾਮਰਾਜੀਆਂ ਨਾਲ ਜਿਹੜੀਆਂ ਦੇਸ਼ ਧਰੋਹੀ ਸੰਧੀਆਂ ਕੀਤੀਆਂ ਉਹ ਰੱਦ ਕੀਤੀਆਂ ਜਾਣ, ਨਿੱਜੀਕਰਨ ਵਪਾਰੀਕਰਨ ਵਾਲੀਆਂ ਸਾਰੀਆਂ ਨੀਤੀਆਂ ਰੱਦ ਕੀਤੀਆਂ ਜਾਣ। ਇਹਨਾਂ ਗੱਲਾਂ ਨੂੰ ਪ੍ਰੋਜੈਕਟ ਕਰਦੇ ਸਾਡੇ ਨਾਅਰੇ ਵੀ ਹੋਣਗੇ, ਬੈਨਰ ਵੀ ਹੋਣਗੇ, ਤਖਤੀਆਂ ਵੀ ਹੋਣਗੀਆਂ ਔਰ ਅਸੀਂ ਦੇਸ਼ ਦੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਕਿ ਦੇਸ਼ ਦੇ ਲੋਕਾਂ ਦੇ ਵਾਸਤੇ ਆਜ਼ਾਦੀ ਦੀ ਜੰਗ ਹਜੇ ਜਾਰੀ ਹੈ।